हाँ जी ओएल बंदो एक सत श्रीकाल स्वागत करते हैं। हाँ जी सिद्धू मूसेवाले हुण लाइव आए सन अपने सोशल मीडिया हैंडल ते, उन्होंने अपनी हवेली विच अपने फैनस नूं सद्दा दिता जो जो कि उन्होंने मैसेज कर रहे सन कि असीं भी तुहाडे नाल पार्टी विच शामिल होना चाहते हाँ ते पार्टी विच कोई कम की सेवा करना चाहते हाँ। उस नूं लैके सिद्धू ने अपनी कोठी ते जाने की जिथे उन्होंने अपना नवा घर पाया उत्थे सारे फैनस नूं इनविटेशन दिता है ते एक अपना नंबर सांझा किया जिस ते जो जो तुसी अपनी गल कर सकते हो। अज देखो होर भी की कहा सिद्धू ने पूरी वीडियो विच। ਸੀਗੀ ਭਾਈ ਮੈਂ ਜ਼ਿਆਦਾ ਟਾਈਮ ਲਾਈਵ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਾਊਂਗਾ, ਬਸ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ, ਸ਼ੇਅਰ ਕਰਨੀ ਚਾਹੁੰਦਾ ਸੀ। ਮੈਨੂੰ ਬਾਹਰੋਂ ਅੰਦਰੋਂ ਬਹੁਤ ਲੋਕਾਂ ਦੇ ਮੈਸੇਜ ਫੋਨ ਆ ਰਹੇ ਨੇ, ਬਾਈ ਡਿਊਟੀ ਦਿਓ ਸਾਨੂੰ, ਇਲੈਕਸ਼ਨਸ ਨੇ, ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਮਿਲਣਾ ਚਾਹੁੰਦੇ, ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਸੋ ਮੇਰਾ ਭਰਾ ਜਿੰਨੇ ਵੀ ਮੇਰੇ ਵੀਰ ਨੇ, ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ, ਜਿੰਨੇ ਵੀ ਤੁਸੀਂ ਭਰਾ ਹੋ ਸਾਰਿਆਂ ਨੂੰ, ਕੱਲ੍ਹ ਪਤਾ ਤੁਹਾਨੂੰ ਲੱਗਿਆ ਵੀ ਪੋਲੀਟੀਕਲੀ ਮੈਨੂੰ ਕੱਲ੍ਹ ਟਿਕਟ ਮਿਲੀ ਹੈ ਮਾਨਸਾ ਤੋਂ, ਜਿਹੜੇ ਜਿਹੜੇ ਮੇਰਾ ਵੀਰ ਇੱਥੇ ਆਉਣਾ ਚਾਹੁੰਦੇ ਆ, ਸਾਡਾ ਹੱਥ ਵਟਾਉਣਾ ਚਾਹੁੰਦੇ ਆ, ਮੌਕਾ ਮੇਰਾ ਵੀਰ ਕੱਲ੍ਹ ਹੀ ਟਿਕਟ ਅਨਾਊਂਸ ਹੋਈ ਆ, ਅਤੇ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਪਹੁੰਚੋ ਕੱਲ੍ਹ ਨੂੰ 10 ਵਜੇ ਪਿੰਡ ਹਵੇਲੀ। ਜਿਹੜੇ ਬੰਦੇ ਮਿਲਣਾ ਚਾਹੁੰਦੇ ਆ, ਡਿਊਟੀਆਂ ਚਾਹੁੰਦੇ ਨੇ, ਕੰਮ ਕਰਨਾ ਚਾਹੁੰਦੇ ਸਾਡੇ ਨਾਲ ਰਲ ਕੇ, ਅਤੇ ਮੈਂ ਇੱਕ ਨੰਬਰ ਵੀ ਪੋਸਟ ਕਰਨ ਲੱਗਿਆ, ਕੱਲ੍ਹ ਨੂੰ 10 ਵਜੇ ਮੇਰਾ ਬਾਹਰਲਾ ਘਰ ਪਿੰਡ ਵਾਲਾ ਘਰ ਮੂਸਾ ਹਵੇਲੀ ਜਿੱਥੇ ਜਿਹੜੇ ਨਵਾਂ ਘਰ ਪਾ ਰਹੇ ਹਾਂ ਉੱਥੇ, ਜਿੰਨੇ ਵੀ ਭਰਾ ਆਉਣਾ ਚਾਹੁੰਦੇ ਆ ਮੇਰਾ ਵੀਰ, ਪੈਂਡੈਂਟ 10 ਵਜੇ ਉੱਥੇ ਪਹੁੰਚ ਜਾਓ ਅਤੇ ਆਪਾਂ ਮਿਲਦੇ ਹਾਂ ਸਾਰੇ ਉੱਥੇ, ਹੈ ਨਾ। ਜਿਹੜੇ ਜਿਹੜੇ ਬੰਦੇ ਇੱਛਕ ਨੇ ਸਾਡਾ, ਹੈ ਨਾ, ਕੰਪੇਨ ਦੇ ਵਿੱਚ ਆਉਣਾ ਚਾਹੁੰਦੇ ਨੇ ਤਾਂ ਮੋਸਟ ਵੈਲਕਮ ਹੈ ਸਾਰਿਆਂ ਦਾ, ਕਿਉਂਕਿ ਮੈਨੂੰ ਵਾਰ ਵਾਰ ਇੰਡੀਵਿਜੁਅਲੀ ਸਾਰੇ ਫੋਨ ਕਰ ਰਹੇ ਸੀ ਬਾਈ ਕਿੱਥੇ ਆਈਏ, ਕਦੋਂ ਆਈਏ, ਹੈ ਨਾ, ਕਿਸ ਟਾਈਮ ਆਈਏ, ਅਤੇ ਮੈਂ ਤੁਹਾਨੂੰ ਕੱਲ੍ਹ ਦਾ ਟਾਈਮ ਦੇ ਰਿਹਾ ਜੀ, ਕੱਲ੍ਹ ਨੂੰ 10 ਵਜੇ ਪਿੰਡ ਮੂਸਾ ਹਵੇਲੀ ਪਹੁੰਚ ਜਾਓ ਵੀਰੇ, ਅਤੇ ਆਪਾਂ ਉੱਥੇ ਰਲ ਮਿਲ ਕੇ ਕਰਦੇ ਹਾਂ ਕੋਈ ਨਾ ਕੋਈ ਗੱਲਾਂ ਬਾਤਾਂ, ਸੋਚ ਵਿਚਾਰ ਕਰਦੇ ਹਾਂ, ਅਤੇ ਬਾਕੀ ਜਿਹੜੇ ਬੰਦੇ ਕੰਪੇਨ 'ਚ ਹਾਜ਼ਰ ਹੋਣਾ ਚਾਹੁੰਦੇ ਆ ਜੀ, ਸਦ ਕੇ ਮੋਸਟ ਵੈਲਕਮ ਹੈ ਜੀ, ਕੱਲ੍ਹ ਨੂੰ ਆਪਾਂ ਮਿਲਦੇ ਹਾਂ ਹਵੇਲੀ। ਬਾਕੀ ਆਪਣਾ ਨੰਬਰ ਮੈਂ ਇੱਥੇ ਪਾ ਦਿੰਦਾ, ਜਿਹੜਾ ਨੰਬਰ ਤੁਸੀਂ ਕਾਲ ਕਰਨੇ ਨੇ ਡਿਟੇਲ ਵਾਸਤੇ, ਤੁਸੀਂ ਨੰਬਰ ਤੁਹਾਨੂੰ ਚਾਹੀਦਾ ਮੈਂ ਇਸੇ ਡਿਸਕ੍ਰਿਪਸ਼ਨ ਦੇ ਵਿੱਚ ਲਾਈਵ ਦੇ ਵਿੱਚ ਪਾ ਰਿਹਾ ਜੀ। ਸਤਿ ਸ਼੍ਰੀ ਅਕਾਲ।